ਸਭ ਤੋਂ ਪਹਿਲਾਂ ਤਾਂ ਅਸੀਂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਪਰਵ ਪੂਰੇ ਦੇਸ਼ ਵਿੱਚ ਮਨਾਇਆ ਸੀਗਾ, ਜਿਹਦੇ 'ਚੋਂ ਪ੍ਰਮੁੱਖ ਪਟਨਾ ਸਾਹਿਬ ਸਾਰੇ ਜਾਂਦੇ ਹੋ। ਇਸੇ ਤਰ੍ਹਾਂ ਹੀ ਸ਼੍ਰੀ ਗੁਰੂ ਨਾਨਕ ਦੇਵ ਜੀ ਦਾ 550ਵਾਂ ਜੋ ਪ੍ਰਕਾਸ਼ ਪਰਵ ਹੈ ਪੂਰੇ ਹਿੰਦੁਸਤਾਨ ਵਿੱਚ ਮਨਾਇਆ ਜਾ ਰਿਹਾ, ਹਿੰਦੁਸਤਾਨ ਤੋਂ ਇਲਾਵਾ ਬਾਹਰ ਦੇ ਮੁਲਕਾਂ 'ਚ ਵੀ ਹੋ ਰਿਹਾ। ਮੈਂ ਪੰਜਾਬ ਪ੍ਰਧਾਨ ਦੇ ਨਾਤੇ ਪੰਜਾਬ ਦੀ ਗੱਲ ਕਰਾਂਗਾ ਕਿ ਅਸੀਂ ਬੱਚਿਆਂ ਨੂੰ ਨਾਲ ਜੋੜਿਆ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪਰਵ ਨੂੰ ਧਿਆਨ 'ਚ ਰੱਖਦੇ ਹੋਏ ਔਰ ਪੂਰੇ ਪੰਜਾਬ ਵਿੱਚ 100 ਸਕੂਲਾਂ 'ਚ ਅਸੀਂ ਪ੍ਰੋਗਰਾਮ ਕਰਵਾ ਚੁੱਕੇ ਹਾਂ। 2 ਕੈਟਾਗਰੀਆਂ ਨੇ, 8ਵੀਂ, 9ਵੀਂ, 10ਵੀਂ ਅਤੇ 11ਵੀਂ, 12ਵੀਂ। ਹਰ ਬੱਚੇ ਨੂੰ ਜੋ ਵੀ ਪਾਰਟੀਸਪੇਟ ਕਰਦਾ ਉਸਨੂੰ ਸਰਟੀਫਿਕੇਟ ਦੇ ਕੇ ਸਨਮਾਨਿਤ ਕੀਤਾ ਜਾਂਦਾ ਹੈ ਅਤੇ ਜੋ ਫਸਟ, ਸੈਕਿੰਡ, ਥਰਡ ਆਉਂਦੇ ਹਨ ਉਹਨਾਂ ਨੂੰ ਪੂਰੇ ਸਕੂਲ ਦੇ ਸਾਹਮਣੇ ਸਨਮਾਨਿਤ ਕੀਤਾ ਜਾਂਦਾ ਹੈ। ਇਸ ਦਾ ਉਪਰਾਲਾ ਇਹ ਹੁੰਦਾ ਹੈਗਾ ਕਿ ਜਦੋਂ ਬੱਚਾ ਕੋਈ ਵੀ ਲੇਖ ਲਿਖਦਾ ਹੈ ਤਾਂ ਆਪਣੇ ਮਾਤਾ ਪਿਤਾ ਤੋਂ ਪੁੱਛਦਾ ਹੈ, ਸਕੂਲ ਦੇ ਸਟਾਫ ਤੋਂ ਪੁੱਛਦਾ ਹੈਗਾ ਔਰ ਪੂਰਾ ਮਾਹੌਲ ਹੀ ਗੁਰੂ ਨਾਨਕ ਬਈ ਸਕੂਲ ਵਿੱਚ ਬਣ ਜਾਂਦਾ ਹੈਗਾ। ਔਰ ਅਸੀਂ ਟੋਟਲ 100 ਪ੍ਰੋਗਰਾਮਾਂ ਦਾ ਮਿੱਥਿਆ ਸੀਗਾ ਪੰਜਾਬ ਵਿੱਚ, ਪਰ ਖੁਸ਼ੀ ਦੀ ਗੱਲ ਇਹ ਹੈਗੀ ਹੈ, ਬਾਬੇ ਨਾਨਕ ਦੀ ਵੀ ਕਿਰਪਾ ਹੈਗੀ ਹੈ ਕਿ ਅਸੀਂ 150 ਸਕੂਲਾਂ ਦਾ ਟਾਰਗੇਟ ਪੂਰਾ ਕਰ ਚੁੱਕੇ ਹਾਂ ਔਰ ਇਹ ਸਿਲਸਿਲਾ ਹਜੇ ਵੀ ਚੱਲਦਾ ਜਾ ਰਿਹਾ। ਉਮੀਦ ਹੈ ਆਉਣ ਵਾਲੇ ਟਾਈਮ ਇਸ ਤੋਂ ਵੀ ਜ਼ਿਆਦਾ ਸੰਖਿਆ ਦਾ ਅਸੀਂ ਪੂਰੀ ਸੰਗਤ ਨੂੰ ਦੱਸਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਰਾਸ਼ਟਰੀ ਸਿੱਖ ਸੰਗਤ ਵੱਲੋਂ ਅਜੀਤ ਸਿੰਘ ਖਾਲਸਾ, ਸੰਨੀ ਖਾਲਸਾ ਹੋਰਾਂ ਨੇ ਸਾਰਿਆਂ ਨੇ ਮਿਲ ਕੇ ਸਾਧ ਸੰਗਤ ਨੇ ਰਾਸ਼ਟਰੀ ਸਿੱਖ ਸੰਗਤ ਵੱਲੋਂ 550 ਸਾਲਾ ਪ੍ਰਕਾਸ਼ ਪੁਰਬ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਦਿਹਾੜਾ ਮਨਾਉਣ ਦੀ ਔਰ ਨਾਲ ਹੀ ਛੋਟੇ ਸਾਹਿਬਜ਼ਾਦਾ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦੀ ਸ਼ਹਾਦਤ, ਜਿਹੜੀ ਲਸਾਨੀ ਸ਼ਹਾਦਤ ਆ, ਉਹਨੂੰ ਯਾਦ ਕਰਦੇ ਹੋਏ ਇਹ ਸਮਾਗਮ ਕੀਤਾ ਗਿਆ। ਇਹਦਾ ਮੁੱਖ ਮੰਤਵ ਸਿੱਖ ਜਿਹੜੇ ਸਾਡੇ ਗੁਰੂ ਨੇ ਔਰ ਸਾਡੇ ਸ਼ਹੀਦ ਨੇ ਛੋਟੇ ਸਾਹਿਬਜ਼ਾਦੇ, ਉਹਨਾਂ ਦੀ ਜਿਹੜੀ ਚਰਚਾ ਹੈਗੀ ਆ ਉਹ ਘਰ ਘਰ ਦੇ ਵਿੱਚ ਜਾਵੇ ਔਰ ਜਿਹੜੀ ਗੁਰਬਾਣੀ ਹੈਗੀ ਆ ਉਹਦਾ ਪ੍ਰਸਾਰ ਹੋਵੇ। ਸਾਡੇ ਜਿਹੜੇ ਬੱਚੇ ਨੇ ਉਹ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਦੇਖਦੇ ਹੋਏ ਔਰ ਆਪਣਾ ਜਿਹੜਾ ਅਮੀਰ ਜਿਹੜਾ ਉਹਨਾਂ ਨੂੰ ਗੁਰੂ ਸਾਹਿਬ ਨੇ ਇੱਕ ਐਡਾ ਵੱਡਾ ਗੁਰਬਾਣੀ ਬਖਸ਼ੀ ਹੈਗੀ ਆ, ਇੱਕ ਐਡਾ ਵੱਡਾ ਵਿਰਸਾ ਬਖਸ਼ਿਆ ਹੈਗਾ, ਉਹਦੇ 'ਤੇ ਪਹਿਰਾ ਦਿੰਦੇ ਹੋਏ ਉਹ ਅੱਗੇ ਵਧਣ, ਉਹਨਾਂ ਨੂੰ ਸਾਰਿਆਂ ਨੂੰ ਪਰਿਵਾਰਾਂ ਨੂੰ ਜੋੜਦੇ ਹੋਏ ਇਹ ਰਾਸ਼ਟਰੀ ਸਿੱਖ ਸੰਗਤ ਵੱਲੋਂ ਪ੍ਰੋਗਰਾਮ ਕਰਵਾਇਆ ਗਿਆ ਹੈਗਾ ਔਰ ਇਹ ਦੁਨੀਆ ਭਰ ਦੇ ਵਿੱਚ ਰਾਸ਼ਟਰੀ ਸਿੱਖ ਸੰਗਤ ਵੱਲੋਂ ਔਰ ਗੁਰੂ ਨਾਨਕ ਦੇਵਾ ਸਿੱਖ ਸੰਗਤ ਵੱਲੋਂ ਹੋ ਰਿਹਾ ਹੈਗਾ। ਔਰ ਮੈਂ ਸਮਝਦਾ ਵੀ ਆਪਾਂ ਸਾਰੇ ਭਾਗਾਂ ਵਾਲੇ ਹੈਗੇ ਹਾਂ ਵੀ ਸਾਡੇ ਜੀਵਨ ਕਾਲ ਦੇ ਦੌਰਾਨ ਇਹ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦਾ ਸਾਨੂੰ ਮੌਕਾ ਮਿਲਿਆ ਔਰ ਪਲੱਸ ਸਾਰਿਆਂ ਨੂੰ ਅਸੀਂ ਅਪੀਲ ਕਰ ਰਹੇ ਹਾਂ ਵੀ ਬਾਲ ਦਿਵਸ ਜਿਹੜਾ ਹੈਗਾ ਉਹ ਛੋਟੇ ਸਾਹਿਬਜ਼ਾਦਿਆਂ ਦੇ ਨਾਂ 'ਤੇ ਹੋਵੇ, ਨਾ ਕਿ ਜਿਹੜੇ ਰਾਜਨੀਤਿਕ ਲੋਕ ਰਾਜਨੀਤਿਕ ਆਗੂ ਸੀਗੇ ਉਹਨਾਂ ਨੇ ਕੀਤਾ ਕੁਛ ਨਹੀਂ ਅਤੇ ਐਵੇਂ ਬਾਲ ਦਿਵਸ ਉਹਨਾਂ ਦੇ ਨਾਂ 'ਤੇ ਮਨਾਏ ਜਾ ਰਹੇ ਹੈਗੇ ਆ। ਜਿਹੜੀ ਵੱਡੀ ਸ਼ਹਾਦਤ ਸੀ ਦੇਸ਼ ਲਈ, ਕੌਮ ਲਈ ਔਰ ਰਾਸ਼ਟਰ ਲਈ, ਉਹ ਸਾਡੇ ਛੋਟੇ ਸਾਹਿਬਜ਼ਾਦਿਆਂ ਦੀ ਸੀ ਔਰ ਉਸ ਨੂੰ ਲੈ ਕੇ ਅਸੀਂ ਅੱਜ ਵਿਚਾਰ ਚਰਚਾ ਕੀਤੀ ਹੈਗੀ ਆ ਔਰ ਮੈਂ ਸਾਰਿਆਂ ਦਾ ਧੰਨਵਾਦ ਵੀ ਕਰਦਾ, ਖਾਸ ਕਰਕੇ ਖਾਲਸਾ ਪੰਥ। ਸਾਡਾ ਮੇਨ ਮੋਟਿਵ ਹੈ ਇਸ ਦੇ ਵਾਸਤੇ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਆਪਣੀਆਂ 4 ਉਦਾਸੀਆਂ ਕੀਤੀਆਂ, 45,000 ਵਰਗ ਕਿਲੋਮੀਟਰ ਯਾਤਰਾ ਕੀਤੀ, ਉਸ ਦੇ ਅੰਦਰ ਅਲੱਗ ਅਲੱਗ ਸੰਪਰਦਾਵਾਂ ਨੂੰ ਜਾ ਕੇ ਮਿਲੇ, ਉਹਨਾਂ ਨੂੰ ਅਕਾਲ ਪੁਰਖ ਦਾ ਜਿਹੜਾ ਉਦੇਸ਼ ਸੀਗਾ ਉਸ ਨੂੰ ਸਰਪਣ ਕਰਾਇਆ ਔਰ ਸਾਰਿਆਂ ਨੂੰ ਇੱਕ ਲੜੀ ਦੇ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ, ਸਮਾਜ ਨੂੰ ਇਕਜੁੱਟ ਕਰਨ ਦੀ ਕੋਸ਼ਿਸ਼ ਕੀਤੀ ਔਰ ਸਭ ਤੋਂ ਵੱਡੀ ਗੱਲ ਇਹ ਸੀ ਕਿ ਉਹਨਾਂ ਨੇ ਜਿਹੜਾ ਉਸ ਸਮੇਂ ਬਾਬਰ ਦਾ ਅੱਤਿਆਚਾਰ ਹੋ ਰਿਹਾ ਸੀ, ਕਿਸੇ ਦੀ ਹਿੰਮਤ ਨਹੀਂ ਸੀ ਕਿਸੇ ਨੂੰ ਗੱਲ ਕਹਿਣ ਦੀ ਕਿਸੇ ਰਾਜ ਦੇ ਖਿਲਾਫ਼, ਗੁਰੂ ਨਾਨਕ ਦੇਵ ਜੀ ਨੇ ਬੇਵਾਕ ਹੋ ਕੇ ਜੈਸੀ ਵੇ ਆਵੇ ਖਸਮ ਕੀ ਬਾਣੀ ਤੈਸਲਾ ਕਰੀ ਗਿਆਨ ਬਿਲਾਲੋ ਦੇ ਸ਼ਬਦ ਰਾਹੀਂ ਬਾਬਰ ਬਾਣੀ ਦੇ ਵਿੱਚ ਉਸ ਨੂੰ ਲਲਕਾਰਿਆ ਔਰ ਪਰਮਾਤਮਾ ਨੂੰ ਇੱਕ ਆਪਣਾ ਮਨ ਦੇ ਅੰਦਰੋਂ ਸੁਨੇਹਾ ਕਹਿ ਲਓ ਜਾਂ ਲਾਮਾ ਕਹਿ ਲਓ ਦਿੱਤਾ ਵੀ ਇੱਕ ਜੇ ਸ਼ੇਰ ਕਿਸੇ ਗਰੀਬ ਬੱਚੇ ਨੂੰ, ਗਰੀਬ ਨੂੰ ਮਾਰ ਰਿਹਾ ਤਾਂ ਉਹਦਾ ਤਾਂ ਰੋਸ ਹੋਣਾ ਚਾਹੀਦਾ, ਜੇ ਬਰਾਬਰ ਦਾ ਬਰਾਬਰ ਦੇ ਨੂੰ ਮਾਰੇ ਤਾਂ ਕੋਈ ਉਹਦਾ ਰੋਸ ਨਹੀਂ ਸੀ। ਇਸ ਦੇ ਵਾਸਤੇ ਗੁਰੂ ਨਾਨਕ ਦੇਵ ਜੀ ਨੇ ਰਾਸ਼ਟਰ ਦੀ ਗੱਲ ਕੀਤੀ ਉਸ ਸਮੇਂ, ਨਾ ਕਿ ਉਹਨਾਂ ਨੇ ਆਪਣੇ ਜਿੱਥੇ ਪੈਦਾ ਹੋਏ ਸੀ ਨਨਕਾਣਾ ਸਾਹਿਬ ਜਾਂ ਭਾਈ ਲਾਲੋ ਜੀ ਦੇ ਐਮਨਾਬਾਦ ਜਿੱਥੇ ਬੈਠ ਕੇ ਬਾਰੀ ਉਚਾਰੀ ਉਸ ਸਥਾਨ ਦੀ ਗੱਲ ਕੀਤੀ, ਉਹਨਾਂ ਸਾਰੇ ਦੇਸ਼ ਨੂੰ ਜੋੜਨ ਦੀ ਗੱਲ ਕੀਤੀ, ਉਹੀ ਜਿਹੜਾ ਦੇਸ਼ ਜੋੜਨ ਦੀ ਗੱਲ ਸੀ, ਸਰਬ ਸਾਂਝੀ ਬਾਲਤਾ ਦੀ ਗੱਲ ਸੀ, ਉਹ ਸੰਦੇਸ਼ ਅਸੀਂ ਸਾਰੇ ਦੇਸ਼ ਦੇ ਅੰਦਰ ਲੋਕਾਂ ਦੇ ਵਿੱਚ ਲਿਜਾਣ ਦੀ ਕੋਸ਼ਿਸ਼ ਕਰ ਰਹੇ ਹਾਂ ਤਾਂ ਕਿ ਸ਼੍ਰੀ ਗੁਰੂ ਨਾਨਕ ਦੇਵ ਜੀ ਸਿੱਖਾਂ ਦੇ ਗੁਰੂ ਹੀ ਨਾ ਰਹਿਣ ਬਲਕਿ ਸਾਰੇ ਵਿਸ਼ਵ ਦੇ ਗੁਰੂ ਬਣਨ ਔਰ ਸ਼੍ਰੀ ਗੁਰੂ ਗ੍ਰੰਥ ਸਾਹਿਬ ਜਿਹੜੇ ਹੈ ਉਹ ਵਿਸ਼ਵ ਦੇ ਗੁਰੂ ਬਣਨ, ਇਹ ਸੰਦੇਸ਼ ਅਸੀਂ ਲੋਕਾਂ ਦੇ ਵਿੱਚ ਦੇਣਾ ਚਾਹੁੰਦੇ ਹਾਂ ਇਸ ਮਾਧਿਅਮ ਦੇ ਨਾਲ 550 ਸਾਲਾ ਪ੍ਰਕਾਸ਼ ਪੁਰਬ ਮਨਾਉਣ ਦੇ ਨਾਤੇ।